ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਫਿਰ ਰਹੇ ਹਾਂ ਅਤੇ ਸਾਨੂੰ ਵੀਰ ਜੀ ਮਿਲੇ ਨੇ ਜਿਵੇਂ ਪਿੱਛੇ ਜੇ ਤੁਸੀਂ ਸਰਕਾਰਾਂ ਕਹਿ ਰਹੀਆਂ ਹਰਿਆਣੇ ਦਾ ਸੀਐਮ ਕਹਿ ਰਿਹਾ ਵੀ ਸਾਡੇ ਹਰਿਆਣੇ 'ਚੋਂ ਕੋਈ ਵੀ ਕਿਸਾਨ ਨਹੀਂ ਆਇਆ ਪਰ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਹਰਿਆਣੇ ਦੇ ਕਿਸਾਨ ਤੇ ਬਹੁਤ ਸੂਝਵਾਨ ਕਿਸਾਨ ਨੇ ਜਿਹੜੇ ਆਗੂ ਨੇ ਤੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਵੀ ਹਰਿਆਣੇ ਦੇ ਵਿੱਚੋਂ ਕਿਹੜੀ ਜਗ੍ਹਾ ਤੋਂ ਆਏ ਆ ਕੀ ਕੀਤਾ ਇਹਨਾਂ ਨੇ ਹੁਣ ਤੱਕ ਪਿਛਲੇ ਜੱਦਾ ਇਹ ਧਰਨਾ ਸ਼ੁਰੂ ਹੋਇਆ ਜੱਦੇ ਹੀ ਜੁੜੇ ਹੋਏ ਨੇ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਸੰਜੂ ਨੰਬਰ ਦਾ ਨਾਮ ਹੈ ਬਾਈ ਸਾਹਿਬ ਪਿੰਡ ਕਿਰਮਚ ਹੈ ਕੁਰਕਸ਼ੇਤਰ ਡਿਸਟ੍ਰਿਕਟ ਹੈ ਆਪਣਾ ਅਤੇ 27 ਤਾਰੀਖ ਨੂੰ ਆਪਾਂ ਇੱਥੇ ਆਏ ਸੀ ਉਦੋਂ ਤਾਂ ਇੱਥੇ ਹੀ ਹਾਂ ਵੀਚ ਮੈਂ ਚਲੋ ਘਰ ਜਾਣਾ ਪੈਂਦਾ ਹਾਂਜੀ ਹਾਂਜੀ ਕੱਪੜੇ ਲੱਤੇ ਲੈ ਕੇ ਆਉਣੇ ਪੈਂਦੇ ਅਤੇ ਪਾਣੀ ਪੂਣੀ ਦੇ ਕੇ ਆਉਣਾ ਪੈਂਦਾ ਆਪਾਂ ਠੀਕ ਹੈ ਆਪਣੀ ਫਸਲ ਹਾਂ ਬਿਲਕੁਲ ਜੀ 150 ਕਿੱਲਾ ਜ਼ਮੀਨ ਹੈ ਮੇਰੇ ਕੋਲ ਠੀਕ ਹੈ ਅਤੇ ਉਹਨਾਂ 'ਚ ਆਪਾਂ ਪਾਣੀ ਖਾਦ ਸਭ ਕੁਝ ਕਰਵਾ ਕੇ ਆਉਣਾ ਪੈਂਦਾ ਪਿੱਛੇ ਹੁਣ ਖਬਰਾਂ 'ਚ ਅਸੀਂ ਸੁਣੇ ਹਾਂ ਜਿਵੇਂ ਕਹਿ ਰਹੇ ਹਾਂ ਉਹ ਕਹਿੰਦੇ ਵੀ ਹਰਿਆਣੇ 'ਚੋਂ ਕੋਈ ਕਿਸਾਨ ਨਹੀਂ ਹੈਗਾ ਸਾਰੇ ਪੰਜਾਬ ਦੇ ਕਿਸਾਨ ਨੇ ਵੀ ਹਰਿਆਣੇ ਦਾ ਕੋਈ ਕਿਸਾਨ ਨਹੀਂ ਹੈਗਾ ਭਾਈ ਸਾਹਿਬ ਇਹ ਖੱਟਰ ਸਾਹਿਬ ਨਾਲ ਸਰਕਾਰ ਪਾਗਲ ਹੋ ਗਈ ਹਰਿਆਣਾ ਕਾ ਕਿਸਾਨ ਆਪ ਦੇਖੋ ਨਾ ਹਰ ਆਦਮੀ ਤੀਸਰਾ ਆਦਮੀ ਆਪਕੋ ਹਰਿਆਣਾ ਕਾ ਮਿਲ ਜਾਏਗਾ ਖਾਲੀ ਪੰਜਾਬ ਨਹੀਂ ਪੰਜਾਬ ਤੋਂ ਵੱਡਾ ਭਾਈ ਹੈ ਹਮਾਰਾ ਛੋਟਾ ਭਾਈ ਹਰਿਆਣਾ ਵੀ ਲੱਗਿਆ ਉਸਕੇ ਸਾਥ 10 ਤਾਰੀਖ ਕੋ ਜਬ ਸ਼ੁਰੂਆਤ ਕਰੀ ਥੀ ਪੀਪਲੀ ਮੈਂ ਇਸ ਸਰਕਾਰ ਨੇ ਹਮਾਰਾ ਡੰਡੇ ਮਰਵਾਏ ਥੇ ਇੱਕ ਬਜ਼ੁਰਗ ਕੀ ਟਾਂਗ ਵੀ ਟੁੱਟ ਗਈ ਥੀ ਵਹਾਂ ਤਬ ਸੇ 10 ਕਿਆ ਥੀ ਵੋ ਸ਼ਾਇਦ ਅਗਸਤ ਹੋਣੀ 10 ਅਗਸਤ ਕੇ ਕਰੀਬ ਕੀ ਬਾਤ ਹੈ ਵਹਾਂ 10 ਕੋ ਪੀਪਲੀ ਅੰਦੋਲਨ ਥਾ ਨਾ ਉਸ ਟਾਈਮ ਫਿਰ ਹਮਨੇ ਪੰਜਾਬ ਕੋ ਵੀ ਕਹਾ ਉਸਕੇ ਬਾਅਦ ਪੰਜਾਬ ਆ ਗਿਆ ਸੰਭੂ ਬਾਰਡਰ ਉਸਕੇ ਬਾਅਦ ਹਮ ਸਾਰੇ ਯਹਾਂ ਆ ਗਏ ਥੇ ਉਸ ਦਿਨ ਸੇ ਰਾਤ ਤੱਕ ਅੰਦੋਲਨ ਚੱਲ ਰਿਹਾ ਹੈ ਖੱਟਰ ਸਾਹਿਬ ਨੇ ਤਾਂ ਇਹ ਵੀ ਕਿਹਾ ਕਿ ਹਰਿਆਣੇ ਕੇ ਕਿਸਾਨ ਬਹੁਤ ਕੰਮ ਆ ਰਹੇ ਹਾਂ ਲੇਕਿਨ ਨਹੀਂ ਯਹਾਂ ਹਰਿਆਣਾ ਪੂਰਾ ਚੁੱਕਿਆ ਆ ਆਪਣੇ ਭਾਈ ਕੇ ਕੰਧੇ ਤੇ ਕੰਧਾਂ ਮਿਲਾ ਕੇ ਖੜਿਆ ਭਾਈ ਸਾਹਿਬ ਅਸੀਂ ਵੀ ਦੇਖਿਆ ਵੀ ਕੁਝ ਕਾਫੀ ਲੰਗਰ ਆ ਜਿਹੜੇ ਹਰਿਆਣੇ ਵੱਲੋਂ ਲੱਗੇ ਹੋਏ ਨੇ ਅਸੀਂ ਵੱਖ ਵੱਖ ਲੰਗਰਾਂ 'ਤੇ ਵੀ ਗਏ ਹਾਂ ਅਤੇ ਤੁਹਾਡੇ ਕਿ ਨਹੀਂ ਤੋਂ ਵੀ ਕੋਈ ਸੰਯੋਗ ਮਿਲਿਆ ਲੰਗਰਾਂ ਨੂੰ ਬਿਲਕੁਲ ਭਾਈ ਸਾਹਿਬ ਮੇਰੀ ਨਾ ਮਤਲਬ 5ਵੀਂ ਵਾਰ ਲੰਗਰ ਲੈ ਕੇ ਆਏ 2 ਟਰਾਲੀਆਂ ਵੀ ਆਪਾਂ ਰਾਸ਼ਨ ਲਿਆਵਾਂ ਪਾਣੀ ਲਿਆਵਾਂ ਬਣਾ ਕੇ ਇੱਧਰ ਮਤਲਬ ਬਾਬੇ ਕਿਸੇ ਵੀ ਜਥੇਦਾਰਾਂ ਦੇਦੇ ਹਾਂ ਉਹ ਬਣਾ ਕੇ ਖਿਲਾਉਂਦੇ ਆ ਸਭ ਨੂੰ ਅਤੇ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਮੋਦੀ ਸਰਕਾਰ ਬਾਰੇ ਮੋਦੀ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਭਾਈ ਸਾਹਿਬ ਮੋਦੀ ਸਰਕਾਰ ਨਾ ਉਹ ਤੋਂ ਨਾ ਆਪਣੀ ਜਿੱਦ 'ਤੇ ਬੈਠਿਆ ਉਹਨੂੰ ਆ ਗਈ ਹੈ ਈਗੋ ਆਰ ਐੱਸ ਐੱਸ ਵਾਲਿਆਂ ਨਾਲ ਪਤਾ ਕਿਆ ਹੋ ਰਿਹਾ ਕਿ ਮੋਦੀ ਝੁਕਦਾ ਨਹੀਂ ਡਰਦਾ ਨਹੀਂ ਵੀ ਝੁਕਣਾ ਆਪਣੇ ਦੇਸ਼ ਕਾ ਅਗਰ ਅੰਨਦਾਤਾ ਕਿਸਾਨ ਦੁਖੀ ਹੈ ਇੱਕ ਦੁਖੀ ਆਦਮੀ ਕੀ ਬਾਤ ਸੁਣਨਾ ਕੋਈ ਝੁਕਣਾ ਨਹੀਂ ਹੁੰਦਾ ਰਾਜੇ ਕਾ ਫਰਜ਼ ਹੁੰਦਾ ਹੈ ਕਿ ਉਸਕੀ ਪ੍ਰਜਾ ਸੁੱਖ ਰਹੇ ਸ਼ਾਂਤੀ ਮੈਂ ਰਹੇ ਜੇ ਕਿਸਾਨ ਅਗਰ ਆਪਣਾ ਹੱਕ ਮੰਗ ਰਿਹਾ ਹੈ ਉਸ ਨੂੰ ਈਗੋ ਪ੍ਰੋਬਲਮ ਹੋ ਰਹੀ ਹੈ ਉਸਕੋ ਆਪਣੀ ਹੱਟ ਛੋੜ ਕੇ ਨਾ ਜੋ ਰਾਜ ਹੱਟ ਹੈ ਉਹ ਛੋੜ ਕੇ ਜਨਤਾ ਕੀ ਬਾਤ ਮੰਨ ਲੈਣੀ ਚਾਹੀਦੀ ਵੀ ਕਿਸਾਨ ਦੁਖੀ ਹੈ ਅੰਨਦਾਤਾ ਯਹਾਂ ਬੈਠਾ ਹੈ ਭਾਈ ਸਭ ਸੜਕੋ ਪੇ ਰੁਲ ਰਿਹਾ ਮੈਂ ਸਲੋਗਨ ਵੀ ਲੈ ਰਿਹਾ ਹੂੰ ਕਿ ਜੋ ਅੰਨਦਾਤਾ ਕਾ ਨਹੀਂ ਵੋ ਭਾਰਤ ਮਾਤਾ ਕਾ ਨਹੀਂ ਜੋ ਕਿਸਾਨ ਕਾ ਨਹੀਂ ਵੋ ਹਿੰਦੁਸਤਾਨ ਕਾ ਨਹੀਂ ਬਿਨਾਂ ਭਾਈ ਸਾਹਿਬ ਇੱਕ ਬਤਾਈਏ ਨੋ ਫੂਡ ਨੋ ਫਾਰਮਰ ਬਿਨਾਂ ਕਿਸਾਨ ਕੇ ਤੋਂ ਅਨਾਜ ਵੀ ਨਹੀਂ ਹੈ ਭਾਈ ਸਾਹਿਬ ਅੱਜ ਜੋ ਬੜੇ ਬੜੇ ਲੋਕ ਹੈ ਨਾ ਜੋ ਰਾਤ ਕੋ ਬੈਠ ਕੇ ਮੂੰਗਫਲੀਆਂ ਖਾਵਾਂ ਆਪਣੀ ਰਜਾਈਆਂ ਮਾਂ ਉਹ ਸਭ ਕਿਸਾਨ ਹੀ ਪੈਦਾ ਕਰ ਰਿਹਾ ਭਾਈ ਸਾਹਿਬ ਆਪ ਕੁਛ ਵੀ ਲੈ ਲਓ ਉਸ ਕਿਸਾਨ ਕੇ ਘਰ ਸੇ ਕਿਸਾਨ ਨਾ ਹਮ ਜੋ ਮਤਲਬ ਇਧਰ ਵਾਲੇ ਹੈ ਉੱਤਰੀ ਭਾਰਤ ਕੇ ਕਿਸਾਨ ਹੈ ਇੱਕ ਸਿਰਫ ਨਮਕ ਪੈਦਾ ਨਹੀਂ ਕਰ ਸਕਤੇ ਬਾਕੀ ਸਭ ਕੁਛ ਆਪਣੇ ਘਰ ਸੇ ਜਾ ਰਿਹਾ ਹੈ ਕਿਆ ਬਾਤ ਇਹ ਸੀ ਸਾਡੇ ਨਾਲ ਹਰਿਆਣੇ ਤੋਂ ਵੀਰ ਜੀ ਜੋ ਕਿ ਕਿਸਾਨ ਨੇ ਜਿਨ੍ਹਾਂ ਕੋਲ 150 ਕਿੱਲਾ ਆਪਣਾ ਜ਼ਮੀਨ ਦਾ ਅਤੇ ਆਪਣਾ ਖੇਤੀ ਵੀ ਕਰਦੇ ਨੇ ਜਿਨ੍ਹਾਂ ਨੇ ਬਹੁਤ ਵਧੀਆ ਇੱਕ ਜਵਾਬ ਦਿੱਤਾ ਸਰਕਾਰਾਂ ਨੂੰ ਅਤੇ ਲੰਗਰ ਵੀ ਲੈ ਕੇ ਆਏ ਨੇ ਉਰੇ ਅਤੇ 2 ਟਰਾਲੀਆਂ ਲੰਗਰ ਦੀਆਂ ਇਸ 2-3 ਦਿਨਾਂ ਬਾਅਦ ਇਹ ਕਹਿੰਦਾ ਬਾਬਾ ਪਿੰਡੋਂ ਇਕੱਠਾ ਕਰਕੇ ਲੈ ਕੇ ਆਉਂਦੇ ਨੇ ਬਹੁਤ ਵੱਡੀ ਸੇਵਾ ਇਹਨਾਂ ਦੀ ਅਸੀਂ ਇਹਨਾਂ ਨੂੰ ਸਲਾਮ ਕਰਦੇ ਹਾਂ ਤੁਸੀਂ ਬਣੇ ਰਹੋ ਡੇਲੀ ਲਾਈਵ TV